ਕੈਨੇਡਾ ਦੇ ਵਿੱਚ ਹੈਲਥ케ਅਰ ਸਰਵਿਸਿਜ਼ ਹਮੇਸ਼ਾ ਚਰਚਾ ਦੇ ਵਿੱਚ ਰਹਿੰਦੀਆਂ ਨੇ ਤਾਂ ਇਸ ਸਮੇਂ ਵੀ 5.4 ਮਿਲੀਅਨ ਕੈਨੇਡੀਅਨਸ ਐਸੇ ਨੇ ਜਿਨ੍ਹਾਂ ਕੋਲੇ ਫੈਮਿਲੀ ਡਾਕਟਰ ਨਹੀਂ ਹੈ ਬੇਸ਼ੱਕ ਸਮੇਂ-ਸਮੇਂ ਤੇ ਪ੍ਰਵਿੰਸ਼ਲ ਸਰਕਾਰਾਂ ਦੇ ਵੱਲੋਂ ਇਸ ਸਬੰਧੀ ਕਦਮ ਚੁੱਕਣ ਦੀ ਗੱਲ ਆਖੀ ਗਈ ਪਰ ਫਿਲਹਾਲ ਐਮਰਜੈਂਸੀ ਦੇ ਵਿੱਚ ਵੇਟ ਟਾਈਮ ਸਰਜਰੀਜ਼ 'ਚ ਡਲੇ ਚਿੰਤਾਵਾਂ ਜ਼ਰੂਰ ਪੈਦਾ ਕਰ ਰਹੀਆਂ ਨੇ ਕੈਨੇਡਾ ਦੇ ਵਿੱਚ ਫੈਮਿਲੀ ਡਾਕਟਰਸ ਦੀ ਘਾਟ ਪਿਛਲੇ ਸਮੇਂ ਦੌਰਾਨ ਵੱਡਾ ਮੁੱਦਾ ਬਣੀ ਰਹੀ ਹੈ ਜਿਸ ਤਹਿਤ ਪ੍ਰਵਿੰਸਾਂ ਅਤੇ ਫੈਡਰਲ ਗਵਰਨਮੈਂਟ ਦੇ ਦੌਰਾਨ ਫੰਡਿੰਗ ਨੂੰ ਲੈ ਕੇ ਵੀ ਚਰਚਾ ਚੱਲਦੀ ਰਹੀ ਇੱਕ ਨਵੀਂ ਰਿਪੋਰਟ ਦੇ ਮੁਤਾਬਕ ਕੈਨੇਡਾ ਚ 5.4 ਮਿਲੀਅਨ ਲੋਕ ਅਜਿਹੇ ਨੇ ਜਿਨ੍ਹਾਂ ਕੋਲੇ ਫੈਮਿਲੀ ਡਾਕਟਰ ਨਹੀਂ ਹੈ ਤੇ ਇਸ ਤੋਂ ਇਲਾਵਾ ਜਦੋਂ ਪ੍ਰਾਇਮਰੀ ਕੇਅਰ ਦੇ ਵਿੱਚ ਵੇਟ ਟਾਈਮ ਦੀ ਗੱਲ ਆਉਂਦੀ ਹੈ ਤਾਂ ਉਹ ਵੀ ਕਾਫੀ ਜ਼ਿਆਦਾ ਹੈ ਖਾਸ ਕਰਕੇ ਬਜ਼ੁਰਗਾਂ ਦੇ ਕੋਲ ਵੀ ਪ੍ਰਾਇਮਰੀ ਕੇਅਰ ਦੇ ਵਿੱਚ ਜਲਦੀ ਇਲਾਜ ਦੀ ਸਹੂਲਤ ਘੱਟ ਹੈ ਖਾਸ ਤੋ ਬੁਰਾ ਹਾਲਤ ਅੰਟਾਰੀਓ ਅਤੇ ਨੋਨਾਵਾਦ ਦੇ ਵਿੱਚ ਹੈ ਜਿੱਥੇ ਕਿ ਪ੍ਰਾਇਮਰੀ ਕੇਅਰ ਦੇ ਵਿੱਚ ਵੇਟ ਟਾਈਮ ਜ਼ਿਆਦਾ ਲੰਬਾ ਹੈ ਪਿਛਲੇ ਸਮੇਂ ਦੌਰਾਨ ਬੇਸ਼ੱਕ ਪ੍ਰੋਵਿੰਸ਼ੀਅਲ ਸਰਕਾਰਾਂ ਦੇ ਵੱਲੋਂ ਕਈ ਪ੍ਰਕਾਰ ਦੇ ਮਾਡਲਸ ਲਿਆਂਦੇ ਗਏ ਜਿਸ ਤਹਿਤ ਸਰਜਰੀਜ਼ ਦਾ ਬੈਕਲੋਗ ਖਤਮ ਕਰਨ ਜਾਂ ਫਿਰ ਕੈਂਸਰ ਦੇ ਮਰੀਜ਼ਾਂ ਦਾ ਅਮਰੀਕਾ ਤੋਂ ਇਲਾਜ ਕਰਾਉਣ ਵਰਗੀਆਂ ਯੋਜਨਾਵਾਂ ਸਾਹਮਣੇ ਆਈਆਂ ਪਰ ਇਸ ਦੇ ਨਾਲ ਕੋਈ ਖਾਸ ਫਰਕ ਪੈਂਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਜੇਕਰ ਬ੍ਰਿਟਿਸ਼ ਕੋਲੰਬੀਆ ਦੀ ਗੱਲ ਕਰੀਏ ਤਾਂ ਪ੍ਰੋਵਿੰਸ ਦੇ ਵਿੱਚ 7 ਲੱਖ ਅਜਿਹੇ ਲੋਕ ਨੇ ਜਿਨ੍ਹਾਂ ਦੇ ਕੋਲ ਫੈਮਿਲੀ ਡਾਕਟਰ ਨਹੀਂ ਹੈ ਤੇ 20% ਦੇ ਲਗਭਗ ਅਜਿਹੇ ਫੈਮਿਲੀ ਡਾਕਟਰ ਨੇ ਜਿਨ੍ਹਾਂ ਨੇ ਅਗਲੇ 5 ਸਾਲਾਂ ਦੇ ਵਿੱਚ ਰਿਟਾਇਰਮੈਂਟ ਲੈਣੀ ਹੈ ਬੇਸ਼ੱਕ ਬ੍ਰਿਟਿਸ਼ ਕੋਲੰਬੀਆ ਦੀ ਇਲੈਕਸ਼ਨ ਦੇ ਸਮੇਂ ਵੀ ਸਭ ਤੋਂ ਇੰਪੋਰਟੈਂਟ ਮੁੱਦਾ ਹੈਲਥ케ਅਰ ਰਿਹਾ ਪਰ ਦੂਜੇ ਪਾਸੇ ਸਰਕਾਰ ਇਹ ਦਾਵਾ ਕਰ ਰਹੀ ਹੈ ਖਾਸ ਕਰਕੇ ਪ੍ਰੀਮੀਅਰ ਡੇਵਿਡ ਏਬੀ ਅਤੇ ਹੈਲਥ ਮਨਿਸਟਰ ਐਡਰੀਅਨ ਡਿਕਸ ਲਗਾਤਾਰ ਇਹ ਕਹਿੰਦੇ ਰਹੇ ਨੇ ਕਿ ਇੰਗਲੈਂਡ ਅਤੇ ਹੋਰ ਥਾਵਾਂ ਤੋਂ ਫੋਰਨ ਤੋਂ ਪੜੇ ਹੋਏ ਡਾਕਟਰਸ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਟਾਰਗੇਟ ਰੱਖਿਆ ਜਾ ਰਿਹਾ ਹੈ ਕਿ ਪ੍ਰੋਵਿੰਸ ਦੇ ਹਰ ਵਿਸ਼ਿੰਦੇ ਦੇ ਕੋਲੇ ਫੈਮਿਲੀ ਡਾਕਟਰ ਜ਼ਰੂਰ ਹੋਏਗਾ ਕੈਨੇਡਾ ਦੇ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਵੱਲੋਂ ਵੱਡੀਆਂ ਤਬਦੀਲੀਆਂ ਇੰਨੇ ਦਿਨੀ ਕੀਤੀਆਂ ਜਾ ਰਹੀਆਂ ਨੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਹੋਰਾਂ ਦੇ ਵੱਲੋਂ ਅਨਾਉਂਸਮੈਂਟ ਕੀਤੀ ਗਈ ਜਿਸ ਵਿੱਚ ਪਰਮਾਨੈਂਟ ਰੈਜ਼ਿਡੈਂਸ ਦੇ ਨੰਬਰਾਂ 'ਚ ਵੱਡੀ ਕਟੌਤੀ ਕਰਨ ਦਾ ਐਲਾਨ ਕੀਤਾ ਗਿਆ ਤੇ ਅਗਲੇ 3 ਸਾਲ ਹੁਣ ਪਰਮਾਨੈਂਟ ਰੈਜ਼ਿਡੈਂਸ ਦੇ ਨੰਬਰ ਵਧਣ ਦੀ ਥਾਂ ਤੇ ਘਟਦੇ ਰਹਿਣਗੇ ਬੇਸ਼ੱਕ ਪ੍ਰਧਾਨ ਮੰਤਰੀ ਟਰੂਡੋ ਨੇ ਇਸ ਨੂੰ ਟੈਂਪੋਰਰੀ ਪਾਜ਼ ਦੱਸਿਆ ਤੇ ਨਾਲੋਂ ਨਾਲ ਇਮੀਗ੍ਰੇਸ਼ਨ ਨੂੰ ਫਿਊਚਰ ਦੇ ਵਿੱਚ ਵੀ ਕੈਨੇਡਾ ਦੇ ਇਕਨੋਮੀ ਦੇ ਲਈ ਜ਼ਰੂਰੀ ਦੱਸਿਆ ਕੈਨੇਡਾ ਦੀ ਫੈਡਰਲ ਸਰਕਾਰ ਦੇ ਵੱਲੋਂ ਇਮੀਗ੍ਰੇਸ਼ਨ ਸੰਬੰਧੀ ਵੱਡੀਆਂ ਤਬਦੀਲੀਆਂ ਕੀਤੀਆਂ ਗਈਆਂ ਨੇ ਜਿਸ ਵਿੱਚ ਸਰਕਾਰ ਪਰਮਨੈਂਟ ਰੈਜ਼ਿਡੈਂਸ ਦੀ ਗਿਣਤੀ ਇਸ ਸਾਲ 485000 ਤੋਂ ਘਟਾ ਕੇ 2025 'ਚ 395000 ਕਰਨ ਜਾ ਰਹੀ ਹੈ ਤੇ 2026 'ਚ 380000 ਤੇ 2027 'ਚ 365000 ਨੂੰ ਪਰਮਨੈਂਟ ਰੈਜ਼ਿਡੈਂਸੀ ਦਿੱਤੀ ਜਾਏਗੀ ਨਵੰਬਰ 2023 'ਚ ਐਲਾਨੇ ਗਏ ਪਿਛਲੇ ਇਮੀਗ੍ਰੇਸ਼ਨ ਪਲਾਨ ਦੇ ਤਹਿਤ ਸਰਕਾਰ ਨੇ 2024 'ਚ 485000 2025 26 ਚ 5 ਲੱਖ ਪਰਮਾਨੈਂਟ ਰੈਜ਼ੀਡੈਂਸ ਦੀ ਐਪਲੀਕੇਸ਼ਨਸ ਸਵੀਕਾਰ ਕਰਨੀਆਂ ਸੀ ਸਟੈਟਿਸਟਿਕ ਕੈਨੇਡਾ ਨੇ ਮਾਰਚ ਵਿੱਚ ਰਿਪੋਰਟ ਦਿੱਤੀ ਸੀ ਕਿ 2023 ਚ ਆਬਾਦੀ 1950 ਦੇ ਡੈਕੇਡ ਤੋਂ ਬਾਅਦ ਸਭ ਤੋਂ ਤੇਜ਼ੀ ਦੇ ਨਾਲ ਵਧੀ ਹੈ ਕੈਨੇਡਾ ਭਰ ਦੇ ਵਿੱਚ 1 ਜਨਵਰੀ 2023 ਤੇ 1 ਜਨਵਰੀ 2024 ਦੇ ਵਿਚਕਾਰ ਪੋਪੂਲੇਸ਼ਨ ਚ 1.3 ਮਿਲੀਅਨ ਦਾ ਵਾਧਾ ਹੋਇਆ ਸਟੈਟਿਸਟਿਕ ਕੈਨੇਡਾ ਦਾ ਕਹਿਣਾ ਸੀ ਕਿ ਆਬਾਦੀ ਵਿੱਚ ਵਾਦਾ 97.6% ਇਮੀਗ੍ਰੇਸ਼ਨ ਦਾ ਯੋਗਦਾਨ ਰਿਹਾ ਜਿਸ ਵਿੱਚ ਪਿਛਲੇ ਸਾਲ ਤਕਰੀਬਨ 472000 ਲੋਕ ਕੈਨੇਡਾ ਚ ਆਏ ਇਸ ਤੋਂ ਇਲਾਵਾ ਟੈਂਪਰੇਰੀ ਰੈਜ਼ੀਡੈਂਸ ਇੰਟਰਨੈਸ਼ਨਲ ਸਟੂਡੈਂਟਸ ਦੇ ਤਮਾਮ ਨੇ 850000 ਦਾ ਵਾਅਦਾ ਕੀਤਾ ਸੀ ਸੋ ਇਸ ਤੋਂ ਬਾਅਦ ਸਰਕਾਰ ਦੀ ਹੋਰ ਏ ਘੇਰਾਬੰਦੀ ਤੋਂ ਬਾਅਦ ਲਗਾਤਾਰ ਗਵਰਨਮੈਂਟ ਦੇ ਵੱਲੋਂ ਇਹ ਸਬੰਧੀ ਕਦਮ ਚੁੱਕਣ ਦੀ ਗੱਲ ਆਖੀ ਗਈ ਹੈ ਗਵਰਨਮੈਂਟ ਰਿਲੀਜ਼ ਦੇ ਅਨੁਸਾਰ ਨਵੇਂ ਪਲਾਨ ਦੇ ਨਾਲ ਅਗਲੇ 2 ਸਾਲ ਚ ਪੋਪੂਲੇਸ਼ਨ 0.2% ਘਟੇਗੀ ਰਿਲੀਜ਼ ਮੁਤਾਬਕ ਇਹ ਯੋਜਨਾ ਕੁਝ ਸਾਲਾਂ ਚ ਹਾਊਸਿੰਗ ਸਪਲਾਈ ਦੇ ਪਾੜੇ ਨੂੰ ਘਟਾਏਗੀ ਜਿਸ ਵਿੱਚ 6,70,000 ਯੂਨਿਟਾਂ ਦੀ ਕਟ ਲੋਡ ਪੈ ਗਈ ਹਾਊਸਿੰਗ ਮਿਨਿਸਟਰ ਦੇ ਬੱਲੋ ਵੀ ਇਸ ਤਰ੍ਹਾਂ ਦੇ ਦਾਅਵੇ ਕੀਤੇ ਗਏ ਤੇ ਨਾਲੋ ਨਾਲ ਇਮੀਗ੍ਰੇਸ਼ਨ ਮਿਨਿਸਟਰ ਦਾ ਕਹਿਣਾ ਹੈ ਕਿ ਇਸ ਦਾ ਮਤਲਬ ਇਹ ਹੀ ਹੈ ਕਿ ਸਾਨੂੰ 2027 ਤੱਕ 6 ਲੱਖ 70 ਹਜ਼ਾਰ ਹਾਊਸਿੰਗ ਯੂਨਿਟ ਨਹੀਂ ਬਣਾਉਣੇ ਪੈਣਗੇ ਕਿਉਂਕਿ ਨਵੇਂ ਆਉਣ ਵਾਲੇ ਇਮੀਗ੍ਰੈਂਟਸ ਦਾ ਨੰਬਰ ਵੀ ਘਟ ਜਾਣਾ ਹੈ ਤੇ ਨਾਲੋ ਨਾਲ ਪਰਮਾਨੈਂਟ ਰੈਜ਼ੀਡੈਂਸੀ ਵਾਲੇ ਨੰਬਰ ਵੀ ਲਗਾਤਾਰ ਕਟ ਰਹੇ ਨੇ ਸੋ ਬੀਤੇ ਦਿਨ ਲਿਬਰਲ ਕੋਕਸ ਮੀਟਿੰਗ ਦੇ ਵਿੱਚ ਵੀ ਲਿਬਰਲਸ ਦੇ ਵੱਲੋਂ ਪ੍ਰਧਾਨ ਮੰਤਰੀ ਜਸਟਨ ਟਰੂਡੋ ਤੋਂ ਇਹ ਮੰਗ ਕੀਤੀ ਗਈ ਸੀ ਕਿ ਇਮੀਗ੍ਰੇਸ਼ਨ ਸੰਬੰਧੀ ਹੋਰ ਸਖਤੀ ਕੀਤੀ ਜਾਵੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ